ਗੁਰਵਿੰਦਰ ਸਿੰਘ ਸੁਲਤਾਨਪੁਰ ਲੋਧੀ ਤੋਂ ਬੇਨਤੀ ਕਰਦਾ ਹੈ ਕਿ ਮਹਾਰਾਜ ਸੱਚੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਥਾਨ ਤੋਂ ਗੁਰਦੁਆਰਾ ਸ੍ਰੀ ਅੰਦਰ ਸਾਹਿਬ ਦਾ ਜੋ ਸਾਲਾਨਾ ਜੋੜ ਮੇਲਾ ਦੀ ਸੰਬੰਧ ਵਿੱਚ ਨਗਰ ਕੀਰਤਨ ਸਭਾ ਚੌਂਕੀ ਜੋ ਕਿ ਪੈਦਲ ਮਾਰਚ ਕਰਦੇ ਹੋਏ ਗੋਂਦਵਾਲ ਸਾਹਿਬ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ ਵਿੱਚ ਹਾਜ਼ਰੀ ਲਵਾਵੇਗੀ। ਸਾਰੀਆਂ ਸੰਗਤਾਂ ਦਾ ਬਹੁਤ ਉਤਸ਼ਾਹ ਹੈ, ਉੱਥੋਂ ਦੀਆਂ ਸੰਗਤਾਂ ਬੜੇ ਉਤਸ਼ਾਹ ਨਾਲ ਮਨਾਉਂਦੀਆਂ ਮਹਾਰਾਜ ਸਭ ਦੀ ਹਾਜ਼ਰੀ ਦਰ ਪ੍ਰਵਾਨ ਕਰ ਲੈਣ। ਇਹਦੇ ਵਿੱਚ ਮੀਰੀ ਪੀਰੀ ਗਤਕਾ ਅਖਾੜਾ ਵੱਲੋਂ ਦਾਸ ਸਾਹਿਬ ਵੱਲੋਂ ਗਤਕੇ ਦੇ ਜੋਹਰ ਦਿਖਾਉਂਦੀ ਸੇਵਾ ਮਹਾਰਾਜ ਨੇ ਬਖਸ਼ੀ ਹੈ। ਮਹਾਰਾਜ ਆਪ ਹਾਜ਼ਰੀ ਵਾਲਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਕੀ ਸਾਜੀ ਨਿਵਾਜੀ। ਗੁਰੂ ਪਿਆਰੀ ਸਵਾਰੀ ਸਾਧ ਸੰਗਤ ਜੀਓ, ਨਗਰ ਸੁਲਤਾਨਪੁਰ ਲੋਧੀ ਗੁਰਦੁਆਰਾ ਸ਼੍ਰੀ ਅੰਤਰਜਾਮਤਾ ਸਾਹਿਬ ਜੀ ਤੋਂ ਇਸ ਸਮੇਂ ਮਹਾਨ ਪੈਦਲ ਨਗਰ ਕੀਰਤਨ ਦੀ ਪ੍ਰਾਰੰਭਤਾ ਹੋਈ ਹੈ, ਜੋ ਕਿ ਹਰ ਸਾਲ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਕੇ ਪਾਵਨ ਪਵਿੱਤਰ ਸਾਲਾਨਾ ਜੋਤੀ ਜੋਤ ਦਿਹਾੜੇ ਨੂੰ ਮਨਾਉਣ ਦੇ ਸੰਬੰਧ ਵਿੱਚ ਹਰ ਸਾਲ ਗੁਰਦੁਆਰਾ ਸ਼੍ਰੀ ਅੰਤਰਜਾਮਤਾ ਸਾਹਿਬ ਤੋਂ ਨਗਰ ਕੀਰਤਨ ਦੀ ਪ੍ਰਾਰੰਭਤਾ ਹੁੰਦੀ ਹੈ। ਇਸ ਸਾਲ ਵੀ ਪ੍ਰਾਰੰਭਤਾ ਹੋ ਚੁੱਕੀ ਹੈ ਔਰ ਸਾਰੀਆਂ ਸੰਗਤਾਂ ਨੇ ਪੰਜ ਪਿਆਰੇ ਪੰਜ ਦੁਲਾਰੇ ਸਾਹਿਬਾਨ ਦੀ ਅਗਵਾਈ ਵਿੱਚ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕੀ ਪਾਵਨ ਪਵਿੱਤਰ ਛਤਰ ਛਾਇਆ ਹੇਠ ਸੁਲਤਾਨਪੁਰ ਲੋਧੀ ਤੋਂ ਚੱਲ ਕੇ ਨਗਰਾਂ ਵਿੱਚ ਦੀ ਹੁੰਦੇ ਹੋਏ ਸਵੇਰੇ ਕੱਲ੍ਹ ਨੂੰ ਪੈਦਲ ਚੱਲਦਿਆਂ ਚੱਲਦਿਆਂ ਗੁਰਦੁਆਰਾ ਸ਼੍ਰੀ ਗੋਇੰਦਵਾਲ ਸਾਹਿਬ ਜੀ ਬੌਲੀ ਸਾਹਿਬ ਜੀ ਦੀ ਯਾਤਰਾ ਸੰਗਤਾਂ ਕਰਨਗੇ। ਉੱਥੇ ਪਹੁੰਚ ਕੇ ਨਗਰ ਕੀਰਤਨ ਦੀ ਸੰਪੂਰਨਤਾ ਹੋਵੇਗੀ। ਸੋ ਹਰ ਸਾਲ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਆਪਣੇ ਸੇਵਕਾਂ ਦੇ ਸਿਰ 'ਤੇ ਸੰਗਤਾਂ ਦੇ ਸਿਰ 'ਤੇ ਮਿਹਰਾਂ ਭਰੇ ਹੱਥ ਰੱਖ ਕੇ ਇਹ ਸੇਵਾਵਾਂ ਲੈਂਦੇ ਨੇ। ਤਾਂ ਗੁਰੂ ਕੀ ਸੰਗਤ, ਜਿੱਥੇ ਆਪਾਂ ਅੱਜ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਕੇ ਪਾਵਨ ਪਵਿੱਤਰ ਸਾਹਿਬਾਂ ਦੇ ਦਿਹਾੜੇ ਨੂੰ ਮਨਾ ਰਹੇ, ਉੱਥੇ ਸਾਰੀ ਸੰਗਤ ਦੇ ਚਰਨਾਂ 'ਚ ਵੀ ਬੇਨਤੀ ਹੈ ਕਿ ਵੱਧ ਚੜ੍ਹ ਕੇ ਹਾਜ਼ਰੀਆਂ ਭਰਨੀਆਂ ਨੇ। ਦੂਸਰੀ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਜਿੰਨੇ ਵੀ ਗੁਰੂ ਸਾਹਿਬਾਨ ਹੋਏ ਨੇ ਗੁਰੂ ਨਾਨਕ ਸਾਹਿਬ ਸੱਚੇ ਤੋਂ ਪਾਤਸ਼ਾਹ ਜੀ ਤੋਂ ਲੈ ਕਰਕੇ ਸਾਰਿਆਂ ਗੁਰੂ ਸਾਹਿਬਾਂ ਨੇ ਸਾਰੀ ਮਾਨਵਤਾ ਨੂੰ ਸਮੁੱਚਾ ਉਪਦੇਸ਼ ਦਿੱਤਾ ਹੈ। ਭਾਵੇਂ ਕੋਈ ਵੀ ਮਰਨ ਹੋਵੇ, ਮਜ਼ਹਬ ਹੋਵੇ, ਪਰ ਗੁਰੂ ਸਾਹਿਬਾਂ ਨੇ ਸਾਧ ਸੰਗਤ ਦੀ ਇਸ ਬਾਤ ਤੋਂ ਉੱਪਰ ਉੱਠ ਕੇ ਸਰਬੱਤ ਦੇ ਭਲੇ ਦੇ ਨੇ ਅਤੇ ਉਹਨਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਾਏ ਪੂਰਨਿਆਂ 'ਤੇ ਸਾਨੂੰ ਵੀ ਸਾਧ ਸੰਗਤ ਦੀ ਸਾਰੀ ਮਾਨਵਤਾ ਦੇ ਭਲੇ ਦੇ ਕਾਰਜ ਸਦਾ ਹੀ ਕਰਦੇ ਰਹਿਣਾ ਚਾਹੀਦਾ ਹੈ। ਸੋ ਸਰਬੱਤ ਸੰਗਤਾਂ ਨੂੰ ਬੇਨਤੀ ਹੈ ਕਿ ਹਰ ਸਾਲ ਇਹ ਸਮਾਗਮ ਜਿਹੜੇ ਨੇ ਮਨਾਏ ਜਾਂਦੇ ਨੇ ਔਰ ਹਰ ਮਹੀਨੇ ਪੂਰਨਮਾਸ਼ੀ ਦੀ ਚੌਦਸ ਤੋਂ ਚੌਦਸ ਵਾਲੀ ਰਾਤ ਨੂੰ ਸ਼ਾਮ ਨੂੰ ਗੁਰਦੁਆਰਾ ਸ਼੍ਰੀ ਅੰਤਰਜਾਮਤਾ ਸਾਹਿਬ ਜੀ ਤੋਂ ਸੰਗਤਾਂ ਪੈਦਲ ਜਾਂਦੀਆਂ ਨੇ ਔਰ ਸਾਲ ਬਾਅਦ ਇਹ ਨਗਰ ਕੀਰਤਨ ਜਿਹੜਾ ਹੈ ਗੁਰਦੁਆਰਾ ਸ਼੍ਰੀ ਅੰਤਰਜਾਮਤਾ ਸਾਹਿਬ ਜੀ ਤੋਂ ਕਰਕੇ ਅਤੇ ਸਾਧ ਸੰਗਤ ਜੀ ਬੌਲੀ ਸਾਹਿਬ ਵਿਖੇ ਸੰਪੂਰਨ ਹੁੰਦਾ ਹੈ, ਜਿਸ ਦੇ ਵਿੱਚ ਇਲਾਕੇ ਭਰ ਦੀਆਂ ਜਥੇਬੰਦੀਆਂ ਵੱਖ ਵੱਖ ਜਥੇਬੰਦੀਆਂ ਆਪੋ ਆਪਣੇ ਢੰਗ ਦੇ ਨਾਲ ਨਗਰ ਕੀਰਤਨ ਦੇ ਸੇਵਾ ਕਰਦੀਆਂ ਨੇ। ਕੋਈ ਫੁੱਲਾਂ ਨੂੰ ਵਰਸਾਉਂਦਾ ਹੈ, ਕੋਈ ਝਾੜੂ ਦੁਆਰਾ ਸਫਾਈ ਕਰਦਾ ਹੈ, ਕੋਈ ਲੰਗਰਾਂ ਦੁਆਰਾ ਸਫਾਈ ਕਰਦਾ ਅਤੇ ਸਾਧ ਸੰਗਤ ਜੀ ਵੱਧ ਚੜ੍ਹ ਕੇ ਸੰਗਤਾਂ ਬੜੇ ਉਤਸ਼ਾਹ ਦੇ